ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਔਫਿਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੀ, ਜਿਸ ਦੇ ਵਿੱਚ ਟੀਚਿੰਗ ਅਤੇ ਨੋਨ ਟੀਚਿੰਗ ਵੈਕੈਂਸੀਜ਼ ਦੇ ਲਈ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ, ਕੌਣ ਕੌਣ ਅਪਲਾਈ ਕਰ ਸਕਦਾ, ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਤੁਸੀਂ ਸਾਡੇ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ, ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ, ਜਿਹਦੇ ਲਈ ਸਿੰਪਲੀ ਤੁਸੀਂ ਕੀ ਕਰਨਾ ਹੈ ਜੀ, ਗੂਗਲ 'ਚ ਜਾਣਾ ਔਰ ਟਾਈਪ ਕਰਨਾ ਹੋਵੇਗਾ ਮੀਤ ਅਕੈਡਮੀ .in, ਅਤੇ ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਂਦੀ ਹੈ। ਉੱਥੋਂ ਸਾਰੀ ਜੋਬ ਰਿਲੇਟਡ ਅਪਡੇਟ ਜਿਹੜੇ ਤੁਸੀਂ ਲੈ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਹੀ ਸਕਦੇ ਹੋ। ਬਾਕੀ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਇਸ ਰਿਕਰੂਟਮੈਂਟ ਦੇ ਬਾਰੇ ਵਿੱਚ। ਫਿਰ ਵੀ ਤੁਹਾਨੂੰ ਕੋਈ ਡਾਊਟ ਹੁੰਦਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਅਤੇ ਚਲੋ ਚੱਲਦੇ ਹਾਂ ਜੀ ਅਪਡੇਟ ਦੇ ਉੱਪਰ। ਸੋ ਮੈਂ ਆ ਚੁੱਕਿਆ ਜੀ ਚੰਡੀਗੜ੍ਹ ਯੂਨੀਵਰਸਿਟੀ ਦੀ ਅਫੀਸ਼ੀਅਲ ਵੈਬਸਾਈਟ 'ਤੇ, ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਦੀ ਵੈਬਸਾਈਟ 'ਤੇ। ਅਗਰ ਤੁਸੀਂ ਜਾਂਦੇ ਹੋ ਕਰੰਟ ਓਪਨਿੰਗ ਦੇ ਵਿੱਚ, ਅਤੇ ਇੱਥੇ ਟੀਚਿੰਗ ਨੋਨ ਟੀਚਿੰਗ ਸਾਰੇ ਤਰ੍ਹਾਂ ਦੀਆਂ ਵੈਕੈਂਸੀਜ਼ ਨੇ, ਜਿੱਦਾਂ ਕਿ ਸੀਨੀਅਰ ਹਿਊਮਨ ਰਿਸੋਰਸ ਐਗਜੀਕਿਊਟਿਵ ਦੀ ਵੈਕੈਂਸੀ ਹੈ ਜੀ, ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ। ਉਸ ਤੋਂ ਬਾਅਦ ਆਉਂਦਾ ਤੁਹਾਡਾ ਅਸਿਸਟੈਂਟ ਐਸੋਸੀਏਟ ਪ੍ਰੋਫੈਸਰ ਫੋਰ ਮਾਰਕੀਟਿੰਗ ਦੇ ਲਈ, ਠੀਕ ਹੈ ਜੀ, ਜਿਸ ਦੇ ਵਿੱਚ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ .NET ਡਿਵੈਲਪਰ ਦੀ ਵੀ ਵੈਕੈਂਸੀ 0 ਤੋਂ ਲੈ ਕੇ 4 ਸਾਲ ਦਾ ਜਿਨ੍ਹਾਂ ਨੂੰ ਐਕਸਪੀਰੀਅੰਸ ਉਹ ਵੀ ਅਪਲਾਈ ਕਰ ਸਕਦੇ ਨੇ। ਕੈਮਰਾਮੈਨ ਦੀ ਵੈਕੈਂਸੀ ਹੈ ਜੀ, ਉਸ ਤੋਂ ਬਾਅਦ ਇੰਸਟ੍ਰਕਸ਼ਨਲ ਡਿਜ਼ਾਈਨਰ ਦੀ ਹੈ, ਉਸ ਤੋਂ ਬਾਅਦ ਐਸੋਸੀਏਟ ਪ੍ਰੋਫੈਸਰ ਦੀ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਹੈਗੀ ਹੈ ਪੇਟੈਂਟ ਪ੍ਰੋਸੀਕਿਊਸ਼ਨ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਅਸਿਸਟੈਂਟ ਪ੍ਰੋਫੈਸਰ ਆਰਕੀਟੈਕਟ ਡਿਪਾਰਟਮੈਂਟ ਦੀ ਹੈ ਜੀ, ਟੀਮ ਮੈਨੇਜਰ ਐਡਮਿਨਿਸਟ੍ਰੇਟਿਵ ਐਗਜੀਕਿਊਟਿਵ ਐਡਮਿਸ਼ਨ ਦੀ ਹੈ, ਉਸ ਤੋਂ ਬਾਅਦ ਸੀਨੀਅਰ ਕੌਂਸਲਰ ਐਡਮਿਸ਼ਨ ਦੀ ਹੈ ਜੀ, ਠੀਕ ਹੈ ਜੀ। ਔਰ ਇੱਥੇ ਹੋਰ ਸ਼ੋ ਮੋਰ 'ਤੇ ਵੀ ਕਲਿੱਕ ਕਰੋਗੇ ਤਾਂ ਹੋਰ ਵੀ ਵੈਕੈਂਸੀਜ਼ ਆ ਜਾਣਗੀਆਂ, ਜਿੱਦਾਂ ਕਿ ਡਿਪਟੀ ਮੈਨੇਜਰ ਕਾਲ ਸੈਂਟਰ ਐਡਮਿਸ਼ਨ ਮੈਨੇਜਰ ਦੀ ਹੈ, ਠੀਕ ਹੈ ਜੀ। ਐਡਮਿਨਿਸ਼ਨ ਐਗਜੀਕਿਊਟਿਵ ਦੀਆਂ ਵੈਕੈਂਸੀਜ਼ ਨੇ, ਐਡਮਿਸ਼ਨ ਐਗਜੀਕਿਊਟਿਵ ਦੀਆਂ ਹੋਰ ਵੀ ਲੋਕੇਸ਼ਨ ਲਈ ਵੈਕੈਂਸੀਜ਼ ਨੇ, ਸਟੂਡੈਂਟ ਕੇਅਰ ਐਗਜੀਕਿਊਟਿਵ ਦੀਆਂ ਨੇ, ਮੈਨੇਜਰ ਸੋਸ਼ਲ ਵੈਲਫੇਅਰ NSS ਪ੍ਰੋਗਰਾਮ ਦੀਆਂ ਵੈਕੈਂਸੀਜ਼ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਡੇਟਾ ਐਨਾਲਿਸਟ ਦੀ ਵੈਕੈਂਸੀ ਹੈ ਜਿਹੜੀ ਕਿ ਆਊਟ ਕੀਤੀ ਗਈ ਹੈ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਡਿਸਿਪਲਿਨ ਆਫਿਸਰ ਦੀਆਂ ਵੈਕੈਂਸੀਜ਼ ਨੇ ਜਿਹੜੀਆਂ ਕਿ ਆਊਟ ਹੋਈਆਂ ਨੇ ਜੀ। ਸੀਨੀਅਰ ਈਵੈਂਟ ਮੈਨੇਜਰ ਦੀਆਂ ਵੈਕੈਂਸੀਜ਼ ਨੇ ਜਿਹੜੀਆਂ ਕਿ ਆਊਟ ਹੋਈਆਂ ਨੇ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਹਦੇ ਵਿੱਚ ਬਹੁਤ ਸਾਰੀਆਂ ਵੈਕੈਂਸੀ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਜਿੱਦਾਂ ਮੈਂ ਲੈਟਸ ਸਪੋਜ਼ ਕਿਸੇ ਵੀ ਇੱਕ ਵੈਕੈਂਸੀ ਲਈ ਆਪਾਂ ਅਪਲਾਈ ਕਰਨਾ, ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ, ਜਿੱਦਾਂ ਕਿ ਉੱਪਰ ਚੱਲਦੇ ਹਾਂ, ਠੀਕ ਹੈ ਜੀ। ਇਹ ਵਾਲੀ ਹੈ ਸੀਨੀਅਰ ਕੌਂਸਲਰ ਐਡਮਿਸ਼ਨ ਦੀ, ਅਪਲਾਈ 'ਤੇ ਕਲਿੱਕ ਕਰੋਗੇ ਤੁਸੀਂ, ਠੀਕ ਹੈ ਜੀ। ਅਪਲਾਈ 'ਤੇ ਕਲਿੱਕ ਕਰਕੇ ਤੁਹਾਡੇ ਕੋਲ ਪੂਰਾ ਪੇਜ ਓਪਨ ਹੋ ਜਾਏਗਾ। ਇੱਥੇ ਤੁਸੀਂ ਨੀਚੇ ਜਾਣਾ ਹੈ, ਠੀਕ ਹੈ ਜੀ, ਔਰ ਇਸ ਦੇ ਲਈ ਪੂਰਾ ਪੜ੍ਹ ਲੈਣਾ ਕੀ ਇਹਦੇ ਵਿੱਚ ਮੰਗਿਆ ਗਿਆ ਹੈ, ਔਰ ਅਪਲਾਈ ਵਾਲੇ ਆਪਸ਼ਨ 'ਤੇ ਕਲਿੱਕ ਕਰ ਦੇਣਾ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਅਪਲਾਈ 'ਤੇ ਕਲਿੱਕ ਕਰੋਗੇ, ਤਾਂ ਇਸ ਤੋਂ ਬਾਅਦ ਤੁਹਾਡੇ ਕੋਲ ਇਹਨਾਂ ਦਾ ਇੰਟਰਫੇਸ ਓਪਨ ਹੋਏਗਾ, ਜਿੱਥੇ ਤੁਸੀਂ ਆਪਣਾ ਇੱਕ ਰਿਜ਼ਿਊਮ ਅਪਲੋਡ ਕਰਨਾ ਹੈ, ਆਪਣਾ ਫਸਟ ਨੇਮ, ਲਾਸਟ ਨੇਮ, ਠੀਕ ਹੈ ਜੀ, ਈਮੇਲ ਆਈਡੀ, ਫੋਨ ਨੰਬਰ, ਨੋਟਿਸ ਪੀਰੀਅਡ ਸਰਵ ਜਿਹੜਾ ਕੀਤਾ ਉਹ, ਉਸ ਤੋਂ ਬਾਅਦ ਕਰੰਟ ਲੋਕੇਸ਼ਨ ਆਈ ਐਮ ਨੋਟ ਰੋਬਟ 'ਤੇ ਕਲਿੱਕ ਕਰਕੇ ਇੱਕ ਐਪਚਾ ਹੈ, ਉਸ ਤੋਂ ਬਾਅਦ ਸਬਮਿਟ ਕਰ ਦੇਣਾ ਹੈ। ਇਹ ਤੁਹਾਡੀ ਇੱਕ ਐਪਲੀਕੇਸ਼ਨ ਹੀ ਸਬਮਿਟ ਕਰੋ, ਮਲਟੀਪਲ ਕਰੋਗੇ ਤਾਂ ਮਾਈਟ ਵੀ ਹੋ ਸਕਦਾ ਰਿਜੈਕਟ ਹੋ ਜਾਏ। ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਮਲਟੀਪਲ ਐਪਲੀਕੇਸ਼ਨ ਨਾ ਭਰਦੇ ਹੋਏ ਤੁਸੀਂ ਇੱਕ ਹੀ ਐਪਲੀਕੇਸ਼ਨ ਪ੍ਰੋਪਰ ਤਰੀਕੇ ਨਾਲ ਭਰੋ, ਤਾਂ ਕਿ ਤੁਹਾਨੂੰ ਰਿਸਪੋਂਸ ਜਿਹੜਾ ਉਹ ਆ ਜਾਵੇ ਜੀ, ਠੀਕ ਹੈ ਜੀ। ਸੋ ਇਹੀ ਇਹਦੇ ਵਿੱਚ ਰਹਿਣ ਵਾਲਾ ਹੈ, ਠੀਕ ਹੈ ਜੀ, ਪ੍ਰੋਪਰ ਪ੍ਰੋਸੈਸ। ਇਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਤਾਂ ਇਹਦੇ ਲਈ ਤੁਹਾਨੂੰ ਇੰਟਰਵਿਊ ਕਾਲ ਜਿਹੜੀਆਂ ਨੇ ਉਹ ਆਏਗੀ HR ਵੱਲੋਂ। ਜੋ ਵੀ ਇੰਟਰਵਿਊ ਪ੍ਰੋਸੈਸ ਰਹੇਗਾ, ਮਤਲਬ ਉਹ ਤੁਹਾਡਾ ਰਹਿੰਦਾ ਜੋ ਵੀ, ਉਹ ਇੰਟਰਵਿਊ ਪ੍ਰੋਸੈਸ ਤੁਹਾਡਾ ਫੋਲੋ ਕੀਤਾ ਜਾਵੇਗਾ, ਤੁਹਾਨੂੰ HR ਵੱਲੋਂ ਦੱਸਿਆ ਵੀ ਜਾਵੇਗਾ ਕਿ ਕੀ ਪ੍ਰੋਸੈਸ ਹੈਗਾ, ਠੀਕ ਹੈ ਜੀ। ਇਸ ਚੀਜ਼ ਦਾ ਤੁਸੀਂ ਧਿਆਨ ਰੱਖਿਓ ਅਪਲਾਈ ਕਰਨ ਤੋਂ ਪਹਿਲਾਂ। ਫਿਰ ਵੀ ਕੋਈ ਦਿੱਕਤ ਆਵੇ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਜੀ, ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਜਿਹੜਾ ਲੇਟੈਸਟ ਨੋਟੀਫਿਕੇਸ਼ਨ ਲੈ ਕੇ ਆਉਂਦਾ ਹੀ ਰਹਾਂਗਾ। ਸੋ ਇਹ ਅੱਜ ਦਾ ਨੋਟੀਫਿਕੇਸ਼ਨ ਸੀਗਾ, ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।